की जरूरत पाकिस्तान की दो दो एक सूबे जिड़ा साडा एक स्टेट जिड़ा मुल्क आ ते साडे पाकिस्तान दे विच साडे पायलट नू ओ खिची फिरन जंगलां च नालियां च कुट कुट के दिखाउण टीवियां च ते उदों अग नहीं लगदी उदों कादी सरकार रह गई जदों साडा जहाज सिट लिया साडा पायलट उत्थे कुट्टिया गया दस जहाज हुण नू सिटे होने चाहीदे सी पाकिस्तान दे दस पायलट आ जिहड़े उहनां दे जुत्तियां पैणियां चाहीदियां सी उरे साडा तां सिर नीवा करता पंजाब दा बॉर्डर ते तां असीं बैठे हां इह तां उत्थे भाषण देई जांदे आ बैठे दिल्ली जां गुजरात जां होर पंजाब ते लड़ाई तां पाकिस्तान दे रोज फौज साडी साडे लोक बॉर्डर ते बैठे आ जिहड़े अख मलाउंदे आ पाकिस्तान नाल ते जहाज भी गिरिया ते साडा पायलट भी कटवाया इस करके हर फ्रंट ते फेल होए कामयाब किथे ने मैनूं इह तां दसण ना वी पंजाब दे विच अज चिट्टे ते नकेल पई आ अज चिट्टे नूं रोकिया गया जित तक तुसीं गल बैंस साहब दी कीती आ उह अपने एरिए जिथे दे एमएलए ने फिर उहनां दी जवाबदेही भी उन्नी बणदी आ उह भी एमएलए ने अपने एरिए दे विच ही उहनां दे चिट्टा विक रिहा उह बाहर जाके तां गल्लां करदे ने ते चलो वह अपने उन्नी है जिहड़ी गली च उह तां कोई मुंडा गया लैके आ गया पता नहीं की आ उह चिट्टा है भी सी जां की सी उहदे विच रब जाने तां लैबोरेटरी टैस्ट दसूगा पर जे चिट्टा उहनां दी कॉन्शियंसी च विक रिहा ते फिर इहदा मतलब उहनां नूं अपने हल्के च तां कंट्रोल करना चाहीदा मैं ਬਰਜਿੰਦਰ ਸਿੰਘ ਬਰਾੜ ਲੁਧਿਆਣਾ ਸਬ ਹਾਊਸ ਤੋਂ ਅਸੀਂ ਅੱਜ ਹਲਕਾ ਲੁਧਿਆਣਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਅਰਮਨੀਤ ਸਿੰਘ ਬਿੱਟੂ ਜੀ ਨਾਲ ਵਿਸ਼ੇਸ਼ ਮੁਲਾਕਾਤ ਕਰਨ ਜਾ ਰਹੇ ਹਾਂ ਅੱਜ ਅਸੀਂ ਉਹਨਾਂ ਦੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੇ ਸਿਆਸੀ ਜੀਵਨ ਬਾਰੇ ਉਹਨਾਂ ਦੇ ਝਾਤ ਪਾਵਾਂਗੇ ਉਹਨਾਂ ਦੇ ਮੂੰਹੋਂ ਹੀ ਸੁਣਾਂਗੇ ਕਿ ਉਹਨਾਂ ਦਾ ਸਿਆਸੀ ਜੀਵਨ ਜਿਹੜਾ ਹੈਗਾ ਕਿਵੇਂ ਸਟਾਰਟ ਕੀਤਾ ਗਿਆ ਸੀ ਅਰਮਨੀਤ ਸਿੰਘ ਬਿੱਟੂ ਦੇ ਮੂੰਹੋਂ ਹੀ ਖੁਦ ਅਸੀਂ ਸੁਣਦੇ ਦੇਖੋ ਇਹ ਤਾਂ ਤੁਸੀਂ ਮੰਨੋਗੇ ਵੀ ਮੇਰੀ ਤਾਂ ਜਿਹੜੀ ਹੈ ਉਹ ਪੋਲੀਟੀਕਲ ਫੈਮਿਲੀ ਆ ਤੇ ਇਸ ਕਰਕੇ ਵਿਰਸੇ 'ਚ ਹੀ ਸਿਆਸਤ ਮਿਲੀ ਆ ਪਰ ਮੈਂ ਕੋਈ ਪੋਲੀਟਿਕਸ 'ਚ ਨਹੀਂ ਸੀ ਮੈਂ ਆਪਣੀ ਇੱਕ ਸਧਾਰਨ ਜ਼ਿੰਦਗੀ ਆਪਣਾ ਕਾਰੋਬਾਰ ਕਰ ਰਿਹਾ ਸੀ ਅਤੇ ਅਚਾਨਕ ਜਦੋਂ ਰਾਹੁਲ ਗਾਂਧੀ ਕਾਂਗਰਸ ਪਾਰਟੀ 'ਚ ਆਏ ਅਤੇ ਜਨਰਲ ਸੈਕਟਰੀ ਬਣੇ ਉਹ ਅਤੇ ਉਹਨਾਂ ਨਾਲ ਮੁਲਾਕਾਤ ਕਰਨ ਗਏ ਵੀ ਪੁਰਾਣੇ ਪਰਿਵਾਰ ਨੇ ਅਤੇ ਉਹਨਾਂ ਨੂੰ ਮੈਂ ਇੱਕ ਵਾਰ ਮਿਲਣ ਗਿਆ ਇਹ ਗੱਲ ਤਕਰੀਬਨ 2008 ਦੀ ਆ ਅਤੇ ਜਦੋਂ ਮੈਂ ਉਹਨਾਂ ਨੂੰ ਮਿਲਣ ਗਿਆ ਲਾਈਨ 'ਚ ਲੱਗੇ ਅਸੀਂ ਮਿਲ ਰਹੇ ਸੀ ਕਿਉਂਕਿ ਉਹ ਜਨਰਲ ਸੈਕਟਰੀ ਬਣੇ ਸੀ ਪਹਿਲੀ ਵਾਰ ਸਾਰੇ ਇੰਡੀਆ ਤੋਂ ਸਾਰੇ ਲੋਕ ਉਹਨਾਂ ਨੂੰ ਮਿਲਣ ਆਉਂਦੇ ਸੀ ਵੀ ਇੱਕ ਜਨਰਲ ਸੈਕਟਰੀ ਬਣੇ ਨੇ ਇਹਨਾਂ ਨੇ ਪਾਰਟੀ ਨੂੰ ਦੁਬਾਰਾ ਸੰਭਾਲਣਾ ਹੈ ਅਤੇ ਉਹਨਾਂ ਨੂੰ ਮਿਲਣ ਆਉਂਦੇ ਸੀ ਮੈਂ ਵੀ ਉਸੇ ਤਰੀਕੇ ਨਾਲ ਲਾਈਨ 'ਚ ਖੜਾ ਉਹਨਾਂ ਨੂੰ ਮਿਲ ਰਿਹਾ ਸੀ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਮੈਂ ਦੱਸਿਆ ਵੀ ਮੈਂ ਜੀ ਸਰਦਾਰ ਬੇਅੰਤ ਸਿੰਘ ਜੀ ਦਾ ਗ੍ਰੈਂਡਸਨ ਹਾਂ ਅਤੇ ਸਿਰਫ ਤੁਹਾਨੂੰ ਮੁਬਾਰਕਬਾਦ ਦੇਣ ਆਏ ਹਾਂ ਤੁਹਾਨੂੰ ਵਧਾਈ ਦੇਣ ਆਏ ਪੰਜਾਬ ਵੱਲੋਂ ਅਤੇ ਉਹਨਾਂ ਨੇ ਪੁੱਛਣ ਲੱਗੇ ਕਿ ਤੁਸੀਂ ਕੀ ਕਰ ਰਹੇ ਹੋ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਕੋਈ ਮੈਂ ਤਾਂ ਪੋਲੀਟਿਕਸ ਹੈ ਨਹੀਂ ਗਾ ਅਤੇ ਮੈਂ ਤਾਂ ਸਿਰਫ ਛੋਟਾ ਮੋਟਾ ਆਪਣਾ ਕੰਮ ਕਾਰੋਬਾਰ ਕਰ ਰਿਹਾ ਹੈ ਅਤੇ ਦੈਨ ਹੀ ਸੈਡ ਵੀ ਜਦੋਂ ਸਰਦਾਰ ਬੇਅੰਤ ਸਿੰਘ ਜੀ ਦਾ ਐਡਾ ਵੱਡਾ ਵਿਰਸਾ ਹੈ ਇੰਨੀ ਸਮਾਜ ਲਈ ਉਹ ਕੰਮ ਕਰਕੇ ਗਏ ਆ ਵੀ ਤੁਸੀਂ ਕਿਉਂ ਨਹੀਂ ਉਹ ਜਿਹੜਾ ਕੰਮ ਉਹਨਾਂ ਦੇ ਅਧੂਰੇ ਰਹਿ ਗਏ ਸੁਪਨੇ ਜਾਂ ਜੋ ਕੁਛ ਉਹ ਕਰਨਾ ਚਾਹੁੰਦੇ ਸੀਗੇ ਕਿਉਂਕਿ ਸੈਸੀਨੇਸ਼ਨ ਹੋਇਆ ਵਿੱਚ ਆਖਰ ਉਹਨਾਂ ਦੇ ਸੁਪਨੇ ਤਾਂ ਸੀਗੇ ਹੀ ਉਹ ਜਿਹੜੇ ਪੰਜਾਬ ਲਈ ਅਧੂਰੇ ਰਹਿ ਗਏ ਤੁਸੀਂ ਕਿਉਂ ਨਹੀਂ ਉਹ ਸੁਪਨਿਆਂ ਨੂੰ ਲੈ ਕੇ ਅੱਗੇ ਚੱਲਦੇ ਉਹ ਦਿਨ ਸਿਆਸਤ ਦੀ ਸ਼ੁਰੂ ਹੋਈ ਉਦੋਂ ਬਾਅਦ ਯੂਥ ਕਾਂਗਰਸ ਦੀ ਇਲੈਕਸ਼ਨ ਤੁਹਾਨੂੰ ਯਾਦ ਹੋਣਾ ਪਹਿਲੀ ਵਾਰ ਸਾਰੇ ਦੇਸ਼ ਦੇ ਵਿੱਚ ਪੰਜਾਬ 'ਚ ਹੋਈ ਅਤੇ ਉਹ ਇਲੈਕਸ਼ਨ 2008 ਦੇ ਵਿੱਚ ਅੰਮ੍ਰਿਤਸਰ ਸਾਹਿਬ ਹੋਈ ਅਤੇ ਜਿੱਥੇ 3000 ਤੋਂ ਉੱਤੇ ਡੈਲੀਗੇਟਾਂ ਨੇ ਵੋਟਾਂ ਪਾਈਆਂ ਰਾਹੁਲ ਗਾਂਧੀ ਆਪ ਉਹ ਇਲੈਕਸ਼ਨ ਦੇ ਵਿੱਚ ਮੌਜੂਦ ਸੀ ਅਤੇ ਮੈਨੂੰ ਉਦੋਂ ਯੂਥ ਕਾਂਗਰਸ ਦਾ ਪ੍ਰਧਾਨ ਬਣਨ ਦਾ ਮੌਕਾ ਮਿਲ ਗਿਆ ਉਦੋਂ ਬਾਅਦ ਉਹਨਾਂ ਨੇ ਇੱਕਦਮ ਇਹ ਫੈਸਲਾ ਕੀਤਾ ਵੀ ਨੌਜਵਾਨ ਸਾਡਾ ਦੇਸ਼ ਅੱਜ ਵੀ ਨੌਜਵਾਨਾਂ ਨੂੰ ਕੋਈ ਨਹੀਂ ਦਿੰਦਾ ਸੀ ਪਹਿਲਾਂ ਪਾਰਟੀ ਟਿਕਟ ਪਰ ਉਹਨਾਂ ਨੇ ਡਿਸੀਜ਼ਨ ਲਿਆ ਆਪਣੀ ਪਾਰਟੀ 'ਚ ਵੀ ਲੜੇ ਉਹ ਵੀ ਮੈਂ ਇਸ ਵਾਰ ਨੌਜਵਾਨਾਂ ਨੂੰ ਯੰਗ ਟੀਮ ਨੂੰ ਟਿਕਟ ਦੇਣੀਆਂ ਹੈ ਅਤੇ ਉਦੋਂ ਸਾਨੂੰ 3 ਟਿਕਟਾਂ ਜਿਹੜੀਆਂ ਯੂਥ ਕਾਂਗਰਸ ਨੂੰ ਉਹਨਾਂ ਨੇ ਪਹਿਲੀ ਵਾਰ ਬਹੁਤ ਵੱਡਾ ਫੈਸਲਾ ਸੀ ਦਿੱਤੀਆਂ ਅਤੇ ਮੈਨੂੰ ਮੌਕਾ ਮਿਲਿਆ ਉਹ 'ਚ ਅਨੰਦਪੁਰ ਸਾਹਿਬ ਤੋਂ MP ਬਣਨ ਦਾ ਉਦੋਂ ਬਾਅਦ ਤੁਹਾਨੂੰ ਪਤਾ ਵੀ ਦੂਜੀ ਵਾਰ ਮੈਂ ਲੁਧਿਆਣੇ ਤੋਂ ਇਲੈਕਸ਼ਨ ਲੜਿਆ 15-20 ਦਿਨ ਹੀ ਸੀ ਥੋੜ੍ਹੇ ਦਿਨ ਸੀ ਅਤੇ ਉਦੋਂ ਬਾਅਦ ਤੀਜੀ ਇਲੈਕਸ਼ਨ ਆ ਜਿਹੜੀ ਉਹ ਮੈਂ ਜਲਾਲਾਬਾਦ ਜਾ ਕੇ ਸੁਖਬੀਰ ਸਿੰਘ ਬਾਦਲ ਦੇ ਪਾਰਟੀ ਨੇ ਡਿਊਟੀ ਲਾਈ ਉੱਥੇ ਲੜ ਕੇ ਅਤੇ ਚੌਥੀ ਇਲੈਕਸ਼ਨ ਆ ਪਾਰਲੀਮੈਂਟ ਦੀ ਆ ਜਿਹੜੀ ਹੁਣ ਲੁਧਿਆਣੇ ਤੋਂ ਕੈਂਡੀਡੇਟਾਂ 'ਤੇ ਲੜ ਰਹੇ ਹਾਂ ਤੁਸੀਂ ਪਿਛਲੇ 5 ਸਾਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਮਤਲਬ ਕਿ ਆਪਣੇ ਫੰਡਾਂ ਦੇ ਵਿੱਚੋਂ ਕਾਫੀ ਜਿਹੜੇ ਹਲਕੇ ਦੇ ਵਿੱਚ ਵਿਕਾਸ ਕਰਵਾਇਆ ਪਰ ਉਹਦੇ ਵਿੱਚ ਕੁਛ ਨਾ ਕੁਛ ਅਧੂਰੇ ਕੰਮ ਰਹਿ ਗਏ ਆ ਉਹਦੇ ਸੰਬੰਧ ਦੇ ਵਿੱਚ ਵੀ ਜਿਹੜੇ ਹੈਗੇ ਆ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਿੱਟੂ ਜੀ ਨੂੰ ਕੋਸਦੀਆਂ ਕਿ ਜਿਹੜੇ ਬਿੱਟੂ ਨੇ ਵਾਅਦੇ ਕੀਤੇ ਸੀਗੇ ਇਹਨਾਂ ਦੇ ਯਾਦ ਹੋਣਾ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਜਦੋਂ ਪਹਿਲੀ ਵਾਰ ਲੁਧਿਆਣੇ ਤੋਂ ਚੋਣ ਲੜੀ ਆ ਤਾਂ ਲੁਧਿਆਣਾ ਉਦਯੋਗ ਸ਼ਹਿਰ ਹੋਣ ਕਰਕੇ ਇੱਥੇ ਇੱਕ ਬਹੁਤ ਵੱਡਾ ਏਮਜ਼ ਵਰਗਾ ਇੱਕ ਹਸਪਤਾਲ ਲਿਆਉਣ ਦੀ ਵਾਅਦਾ ਕੀਤਾ ਸੀ ਲੋਕਾਂ ਨਾਲ ਉਹਦੇ ਸੰਬੰਧ ਜਾਣਕਾਰੀ ਚਾਹੁੰਦੇ ਸੀ ਦੇਖੋ ਇੱਕ ਤਾਂ ਪਹਿਲੀ ਗੱਲ ਮੈਂ ਜ਼ਰੂਰ ਕਲੀਅਰ ਕਰਨਾ
ਉਹ ਵਾਅਦੇ ਪੂਰੇ ਤਦ ਹੁੰਦੇ ਆ ਜਦੋਂ ਤੁਹਾਡੀ ਸਰਕਾਰ ਹੁੰਦੀ ਆ। ਅਤੇ ਮੈਂ ਤਾਂ ਓਪੋਜੀਸ਼ਨ 'ਚ ਰਿਹਾ, ਉਹ ਵੀ 44 MP ਸੀ, ਅਤੇ ਸਾਡੀ ਕਿਹਨੇ ਸੁਣਨੀ ਸੀ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ। ਲੁਧਿਆਣੇ ਨੂੰ ਤਾਂ ਛੱਡੋ, ਸਾਰੇ ਪੰਜਾਬ ਦੇ ਨਕਸ਼ੇ ਸਾਰਾ ਲਾਈਏ, 5 ਸਾਲ 'ਚ ਇੱਕ ਵੀ ਪ੍ਰੋਜੈਕਟ ਸਾਰੇ ਪੰਜਾਬ ਨੂੰ ਨਹੀਂ ਆਇਆ, ਲੁਧਿਆਣੇ ਨੂੰ ਤਾਂ ਆਉਣਾ ਕੀ ਸੀ। ਪਰ ਮੈਂ ਗੱਲ ਕਰਾਂ ਜਦ ਤੱਕ ਮੇਰੇ ਮੈਂਬਰ ਪਾਰਲੀਮੈਂਟ ਹੋਣ ਦੀ ਆ, ਇਹ ਮੇਰਾ ਰਿਕਾਰਡ ਆ, ਅਤੇ ਇਹ ਰਿਕਾਰਡ ਪਾਰਲੀਮੈਂਟ ਦੀ ਹਰ ਜਗ੍ਹਾ 'ਤੇ, ਹਰ ਅਖਬਾਰ 'ਚ, ਹਰ ਟੀ ਵੀ 'ਤੇ ਆਇਆ, ਜੋ ਇੱਕ MP ਦਾ ਕੰਮ ਹੁੰਦਾ। ਅੱਜ ਤੱਕ 13 ਦੇ 13 MP 'ਚੋਂ, ਜਾਂ ਜਿਹੜੇ ਪਿੱਛੇ ਵੀ ਕਦੇ MP ਰਹੇ ਨੇ, ਸਭ ਤੋਂ ਵੱਧ, ਜੋ ਮੇਰੀ ਜ਼ਿੰਮੇਵਾਰੀ ਐਜ਼ ਏ ਮੈਂਬਰ ਪਾਰਲੀਮੈਂਟ ਦੀ ਆ, ਸਭ ਤੋਂ ਵੱਧ ਸਵਾਲ ਜਿਹੜੇ 486 ਸਵਾਲ 'ਤੇ ਡਿਬੇਟ ਆ ਜਿਹੜੇ, ਉਹ ਪਾਰਲੀਮੈਂਟ ਦੇ ਵਿੱਚ ਕੀਤੇ। ਪੰਜਾਬ 'ਚ 1 ਨੰਬਰ, ਪਹਿਲੇ ਨੰਬਰ 'ਤੇ ਮੈਂ ਰਿਹਾ। ਅਤੇ ਉਦੋਂ ਬਾਅਦ MP ਲੈਂਡ ਫੰਡ ਹੁੰਦਾ ਹੈ, ਜਿਹੜਾ 25 ਕਰੋੜ MP ਦੇ ਕੋਲ ਹੁੰਦਾ, ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਵੀ ਹਰ ਗਰਾਊਂਡ ਦੇ ਵਿੱਚ, ਕਿਉਂਕਿ ਲੋਕ ਸੈਰ ਕਰਨ ਜਾਂਦੇ, ਅੱਜ ਕੱਲ੍ਹ ਬਿਮਾਰੀਆਂ ਦਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਬਿਮਾਰੀਆਂ, ਕੁਦਰਤੀ ਗੱਲ ਆ, ਦੇਸ਼ ਵੱਡਾ ਹੈ, ਪਾਪੂਲੇਸ਼ਨ ਆ, ਅਤੇ ਬਿਮਾਰੀਆਂ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਹੈ। ਅਤੇ ਕੋਸ਼ਿਸ਼ ਕੀਤੀ ਮੈਂ 10 ਕਰੋੜ ਦੇ ਜਿਹੜੇ ਹਰ ਪਾਰਕ ਦੇ ਵਿੱਚ ਓਪਨ ਜਿੰਮ ਲਾਏ, ਜਿਹੜੇ ਕਿ ਮੈਨੂੰ ਸਭ ਤੋਂ ਵੱਡੀ ਤਸੱਲੀ, ਇਹ ਮੈਂ ਇਕੱਲੇ MP ਲੈਂਡ ਦੀ ਗੱਲ ਕਰ ਰਿਹਾ। ਉਦੋਂ ਬਾਅਦ ਦੇਖੋ, ਕਰਨ ਨੂੰ ਇਹ ਐਡਾ ਵੱਡਾ ਸ਼ਹਿਰ ਆ ਲੁਧਿਆਣਾ, ਇਹਦੇ ਵਿੱਚ ਜੋ ਜਿੰਨਾ ਮਰਜ਼ੀ ਤੁਸੀਂ ਕਰ ਲਓ, ਐਡਾ ਵੱਡਾ ਸਕੋਪ ਆ। ਫਿਰ ਦਿੱਲੀਓਂ ਅਸੀਂ ਸਮਾਰਟ ਸਿਟੀ ਜਿਹੜੇ ਪਹਿਲੇ 20 ਮਿਲਣੇ ਸੀ, ਉਹਦੇ ਵਿੱਚ ਲੁਧਿਆਣਾ ਪਹਿਲੇ 20 'ਚ ਆਇਆ। ਲੋਕਾਂ ਨੇ ਵੋਟ ਕੀਤੀ ਉਹਦੇ ਵਿੱਚ, 5000 ਕਰੋੜ ਰੁਪਈਆ ਤਕਰੀਬਨ ਉਹ ਸ਼ਹਿਰ 'ਚ ਲੱਗਣਾ। ਠੀਕ ਆ, ਉਹ ਪਾਲਿਸੀ ਮੋਦੀ ਸਾਹਿਬ ਦੀ ਕੈਸੀ ਰਹੀ ਵੀ ਉਹ ਬਹੁਤ ਡਿਲੇ ਪ੍ਰੋਜੈਕਟ ਹੁੰਦੇ ਰਹੇ, ਪਰ ਕੋਈ ਗੱਲ ਨਹੀਂ, ਪਰ ਲੁਧਿਆਣੇ 'ਚ ਉਹਦੇ ਕਰਕੇ 5000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਜਿਹੜੀ, ਉਹ ਹੋਣੀ ਓ ਹੋਣੀ ਆ, ਚਾਹੇ ਉਹ 6 ਮਹੀਨੇ ਬਾਅਦ, ਚਾਹੇ ਸਾਲ ਬਾਅਦ 'ਚ। ਫਿਰ ਕਾਲਜ ਦੇਖੋ, ਤੁਸੀਂ ਕਹਿੰਦੇ ਹੋ ਵੀ ਇਹ ਆਰੋਪ ਲਾਉਂਦੇ ਨੇ, ਓਪੋਜੀਸ਼ਨ ਨੇ ਲਾਉਣੇ ਹੁੰਦੇ ਆ, ਪਰ ਆਜ਼ਾਦੀ ਤੋਂ ਪਹਿਲਾਂ ਦੇ ਕੇ 1920, 1943 ਜਿਹੜੇ ਆ ਆਪਣੇ ਗੌਰਮੈਂਟ ਕਾਲਜ ਨੇ ਦੋਨੋਂ, ਇਹ ਉਦੋਂ ਦੇ ਆਏ ਹੋਏ। 70 ਸਾਲ 'ਚ ਕੋਈ ਗੌਰਮੈਂਟ ਕਾਲਜ ਹੀ ਨਹੀਂ ਲੁਧਿਆਣੇ ਲਿਆ ਸਕਿਆ। ਅਤੇ ਜਿੱਦਣ ਗੌਰਮੈਂਟ ਬਣੀ ਪਹਿਲੇ ਬਜਟ 'ਚ, ਮੈਂ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਨੂੰ ਲੁਧਿਆਣਾ 'ਚ ਗੌਰਮੈਂਟ ਕਾਲਜ ਜਿਹੜਾ ਉਹ ਚਾਹੀਦਾ। ਅਤੇ ਉਹ ਗੌਰਮੈਂਟ ਕਾਲਜ, ਇੱਕ ਅਗਲੇ ਬਜਟ, 2 ਬਜਟ ਪੇਸ਼ ਹੋਇਆ, ਦੂਜਾ ਗੌਰਮੈਂਟ ਕਾਲਜ ਆ ਜਿਹੜਾ ਉਹ ਲੈ ਕੇ ਆਉਂਦਾ ਜਗਰਾਉਂ 'ਚ। ਉਦੋਂ ਬਾਅਦ ਇੱਕ ਤੁਸੀਂ ਇੰਡਸਟਰੀ ਦੀ ਗੱਲ ਕੀਤੀ, ਕਿਸੇ ਨੇ ਨਹੀਂ ਸੋਚਿਆ, ਲਗਾਤਾਰ ਇੰਡਸਟਰੀ ਦੀ ਲੜਾਈ ਚੱਲ ਰਹੀ ਸੀ ਐਗਜੀਬਿਸ਼ਨ ਸੈਂਟਰ ਲਈ, ਕਿੱਥੇ ਨਮਾਇਸ਼ ਲੈਣ, ਕਿੱਥੇ ਉਹ ਆਪਣੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਾਉਣ, ਪ੍ਰਗਤੀ ਮੈਦਾਨ 'ਚ ਜਾ ਕੇ ਲਾਉਣ ਜਾਂ ਕਿੱਥੇ ਲਾਉਣ। ਅਤੇ ਉਹ ਐਗਜੀਬਿਸ਼ਨ ਸੈਂਟਰ ਆ ਜਿਹੜਾ, ਉਹ 70 ਸਾਲ ਦੀ ਇੰਡਸਟਰੀ ਮੰਗਦੀ ਸੀ, ਅੱਜ 9.25 ਏਕੜ ਦੇ ਵਿੱਚ ਉਹਦੇ ਟੈਂਡਰ ਵੀ ਹੋ ਗਏ, ਵਰਧਮਾਨ ਦੇ ਮੂਹਰੇ 9.5 ਏਕੜ 'ਚ ਐਗਜੀਬਿਸ਼ਨ ਸੈਂਟਰ ਬਣ ਰਹੇ ਆ। ਮੈਂ ਇੱਕ ਗੱਲ ਕਹਿ ਕੇ ਬੰਦ ਕਰੂੰ, ਕਿਉਂਕਿ ਹੋਰ ਜੇ ਗਣਾਉਣ ਲੱਗਿਆ ਤਾਂ ਉਹਨਾਂ ਤੁਹਾਡੇ ਕੋਲ ਵੀ ਟਾਈਮ ਨਹੀਂ। ਇੱਕ ਸਾਡਾ ਇਹੀ ਸੋਚ ਸੀ ਸਾਹਨੇ ਵਾਲੇ ਏਅਰਪੋਰਟ ਤੱਕ, ਜਿਹੜੀ ਸਰਕਾਰ ਆਉਂਦੀ ਸੀ ਸਾਹਨੇ ਵਾਲੇ ਏਅਰਪੋਰਟ, ਉਹਦੀ ਨਾ ਸਟ੍ਰਿਪ, ਨਾ ਉੱਥੇ ਕੋਈ ਜਹਾਜ਼ ਉੱਤਰ ਸਕਦਾ, ਨਾ ਉਹਦੇ ਰਾਹ ਚੰਗੇ, ਜੇ ਜਾਂਦੇ ਹਾਂ ਤਾਂ ਮੂਹਰੇ ਰੇਲਵੇ ਫਾਟਕ ਆਉਂਦਾ। ਪਹਿਲੀ ਵਾਰੇ ਵੱਡੀ ਸੋਚ ਲੈ ਕੇ ਦੋਨੋਂ ਗਵਰਨਮੈਂਟਾਂ ਨੂੰ, ਮੈਂ ਇਹ 'ਚ ਕਿਸੇ ਨੂੰ ਨਹੀਂ ਇਹ ਕਹੂੰਗਾ ਵੀ ਕਿਸੇ ਦਾ ਘੱਟ ਇਹਦੇ ਵਿੱਚ ਯੋਗਦਾਨ ਆ, ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਹਨੇਵਾਲ ਦੀ ਗੱਲ ਛੱਡੋ ਜੀ, ਉੱਥੇ ਫਲਾਈਟ ਨਹੀਂ ਉੱਤਰ ਸਕਦੀਆਂ, ਜੇ ਇੱਕ ਅੱਧਾ ਜਹਾਜ਼ ਉੱਤਰਦਾ ਉਹ ਤੋਂ ਵੱਧ ਕੁਛ ਨਹੀਂ ਉੱਥੇ ਹੋ ਸਕਦਾ। ਅਸੀਂ ਜੇ ਚੰਡੀਗੜ੍ਹ ਜਦੋਂ ਏਅਰਫੋਰਸ ਬੇਸ 'ਤੇ ਅੱਜ ਏਅਰਪੋਰਟ ਬਣਿਆ ਹੋਇਆ, ਅਤੇ ਅਸੀਂ ਹਲਵਾਰੇ ਕਿਉਂ ਨਾ ਬਣਾ ਸਕੀਏ। ਅਤੇ ਇਹ ਦੋਨੋਂ ਗਵਰਨਮੈਂਟਾਂ ਨੇ ਆਪਸ ਵਿੱਚ, ਮੁੱਖ ਮੰਤਰੀ ਸਾਹਿਬ ਅਤੇ ਸਿਵਲ ਏਵੀਏਸ਼ਨ ਮਿਨਿਸਟਰ ਜਿਹੜੇ ਸਿਨਹਾ ਸਾਹਿਬ ਨੇ, ਉਹਨਾਂ ਨੇ ਆਪਸ ਵਿੱਚ, ਮੈਂ ਉਹਨਾਂ ਦੀਆਂ ਮੀਟਿੰਗਾਂ ਕਰਵਾਈਆਂ, ਅਤੇ ਉਹ 6 ਮਹੀਨੇ ਪਹਿਲਾਂ ਕੰਮ ਸਿਰੇ ਚੜ੍ਹ ਗਿਆ। ਹਲਵਾਰਾ ਜਿਹੜਾ ਏਅਰਪੋਰਟ ਆ ਉਹ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈ ਉਹ ਗਵਰਨਮੈਂਟ ਨੇ ਸਾਨੂੰ ਦਿੱਤਾ, ਅਤੇ ਵਿਦਇਨ 2 ਈਅਰਸ ਇੱਥੋਂ ਆਪਾਂ, ਸਾਨੂੰ ਅੰਮ੍ਰਿਤਸਰ ਦਿੱਲੀ ਜਾਣ ਦੀ ਲੋੜ ਨਹੀਂ ਗੀ, 2 ਸਾਲ ਬਾਅਦ ਇੰਟਰਨੈਸ਼ਨਲ ਫਲਾਈਟ ਆ ਜਿਹੜੀ ਉਹ ਹਲਵਾਰੇ ਤੋਂ ਸਾਨੂੰ ਚੜ੍ਹਨ ਨੂੰ ਮਿਲੂਗੀ। 300 ਏਕੜ ਜ਼ਮੀਨ ਉਹਨਾਂ ਨੇ ਮੰਗੀ ਆ ਏਅਰਫੋਰਸ ਵਾਲਿਆਂ ਨੇ ਵੀ ਜਿਹੜੀ ਸਾਡੇ ਟਰਮੀਨਲ ਤੁਸੀਂ ਲੈਣੀ ਆ, ਜਗ੍ਹਾ ਲੈਣੀ ਆ, ਉਹ ਜ਼ਮੀਨ 300 ਏਕੜ ਦਾ ਜਿਹੜਾ ਸਰਕਾਰ ਨੇ ਕੰਮ ਸ਼ੁਰੂ ਕਰਤਾ, ਅਕਵਾਇਰ ਕਰਨੀ ਸ਼ੁਰੂ ਕਰਤੀ, ਪੈਸੇ ਸਾਡੇ ਕੋਲ ਆ ਚੁੱਕੇ ਆ। ਅਤੇ ਇਹ ਵੱਡੇ ਕੰਮ ਨੇ। ਜੇ ਤੁਸੀਂ ਉਦਯੋਗਿਕ ਦੀ ਗੱਲ ਕੀਤੀ ਹੈ, ਜੇ ਇੱਥੇ ਏਅਰਪੋਰਟ ਨਹੀਂ ਹੋਏਗਾ, ਇੱਥੇ ਐਗਜੀਬਿਸ਼ਨ ਸੈਂਟਰ ਨਹੀਂ ਹੋਏਗਾ, ਅਤੇ ਫਿਰ ਇੰਡਸਟਰੀ ਕਿਵੇਂ ਚੱਲੂਗੀ? ਅਤੇ ਕਾਰਗੋ ਜੇ ਜਹਾਜ਼ ਹੋਣਗੇ, ਮਿੰਟੋ ਮਿੰਟ ਸਮਾਨ ਜਾਏਗਾ। ਅਤੇ ਇਹ ਕੁਛ ਚੀਜ਼ਾਂ ਜਿਹੜੀਆਂ ਮੈਂ ਆਪਣੇ ਵੱਲੋਂ ਯੋਗਦਾਨ ਪਾਇਆ, ਮੈਂ ਇਹ ਤਾਂ ਨਹੀਂ ਕਹੂੰਗਾ ਵੀ ਮੈਂ ਆਪ ਸਾਰਾ ਕੁਛ ਕਰਤਾ, ਮਤਲਬ ਮੈਂ ਇਸ ਪ੍ਰੋਸੈਸ ਨੂੰ ਅੱਗੇ ਵਧਾਉਂਦਾ, ਸਾਰੇ ਸਰਕਾਰਾਂ ਦੇ ਨਾਲ ਰਲ ਕੇ ਇਹ ਕੰਮ ਅੱਗੇ ਚਲਾਇਆ। ਰਮੇਸ਼ ਸਿੰਘ ਬਿੱਟੂ ਜੀ, ਤੁਸੀਂ ਆਪਣੇ 5 ਸਾਲ ਦੇ ਕੈਰੀਅਰ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕੱਲ ਇੱਥੇ ਜਿਹੜੇ ਯੂਥ ਵਾਲੇ ਨਾ, BJP ਵਾਲੇ, ਉਹ ਛਣਕਣੇ ਲਈ ਖੜੇ ਸੀਗੇ, ਉਹ ਮੋਦੀ ਸਾਹਿਬ ਨੇ ਸਭ ਨੂੰ 5 ਸਾਲ ਛਣਕਣੇ ਫੜਾਏ।
हजे क्योंकि लोग जदी गल करते पंजाब सरकार की कारगुजारी की भाई वो तो 3 साल पे आ हजे उदों जवाब दे देंगे भी जी जो चीज़ा अधूरिया रह गई पर मोदी साहब के तो 5 साल पूरे हो गए। मैं हरेक नूं हरेक कट च पुछदा हथ खड़ा करके भी कराओ भी किहड़ा किहड़ा जदों नोटबंदी हुई डीमोनीटाइजेशन होया किहड़ा किहड़ा बंदा लाइन च लग्गिया हर बंदा हथ खड़ा करके कहना जी लाइन च लगे तो फिर मैं यह पुछदा भी भाई थोड़े चो ब्लैक मनी किहदे कोल सी काला धन किहदे कोल सी मोदी साहब ने तो उही कढ़ाउणा सी फिर किसी का हथ खड़ा नहीं हुंदा ते फिर उन्होंने लोगों के जिहड़े कारोबार सी जिहड़े जिहड़े पैसे माड़े मोटे किसी कोल सी वह नोटबंदी ने सारा कुछ लुट के लै गया। उदू बाद GST प्लैनिंग कमिशन नूं खत्म करके नीति आयोग बनाता जेटली साहब कोई ना एडे वड्डे लायक बंदे ने एक GST नहीं कर सके जिवें राहुल गांधी ने कहा भी साडी सरकार बनेगी एक GST हो किसी की स्लैब 18 किसी की 20 किसी की 22 किसी की 24 किसी की 28 मीटिंग कर ली किसी ने कहता जी इहदी इन्नी कर दो ठीक है जी अज इहदी इन्नी करती इह सरकारां चलाउण वाला काम इह तां गल इंडस्ट्री नूं हिट करन दी गल हो गई जिहदे नाल फेल होई इंडस्ट्री। दो गल्लां मैं होर करनी आ किसानी की गल इन्ह ने यह गल कही थी स्वामीनाथन कमिशन रिपोर्ट लागू होगी हर हूँ ये कहें भी 1922 करांगे असीं सरकार थोनों लोगों ने बनाई सी 5 साल लई भी जिहड़े मुनाफा है वह दुगुणा कर देंगे किसान का ये दस दिन भी किसान का किहड़ा मुनाफा दुगुणा तो स्वामीनाथन कमिशन रिपोर्ट लागू की डीजल पेट्रोल का रेट 5 साल दुगुणा सिलंडर का रेट 5 साल दुगुणा तो एक गल मैं जी बड़ी मेजर गल करनी चाहना यह कह देंगे नहीं जी तो पाकिस्तानी है मैं थोड़े चैनल पर यह गल कहना चाहना आप असी शहादत दित्तियां पंजाब वालियां ने असी अतवाद हंडाया जिहड़ा इन्हां तो जम्मू कश्मीर ठीक नहीं ना हो रहा असी तो पंजाब करके ठीक दिखाया जे चले तो एक गोली आ जाए तो एक अतवादी सरदार बेअंत सिंह ने अपना पुरजा उड़ा लिया पर पंजाब नूं शांति दे के गए पर हुण पुलवामा च जिहड़ा हमला होया 40 बंदे शहीद होए CRP दे उदों बाद साडी फौज आ जिहड़ी ਇਹ ਉਹ ਫੌਜ ਆ ਜਿਹਨੇ 90,000 ਪਾਕਿਸਤਾਨੀ ਗੋਡੇ ਟੇਕੀ ਬੈਠੇ ਸੀ ਜਨਰਲ ਅਰੋੜਾ ਦੇ ਮੂਹਰੇ ਮਾਨਿਕ ਸ਼ਾਹ ਜੀ ਦੇ ਮੂਹਰੇ ਗੋਡੇ ਟੇਕੀ ਐਂ ਹੱਥ ਜੋੜੀ ਉਹੀ ਫੌਜ ਜਿਹੜੀ ਦੁਨੀਆ 'ਚ ਅੱਜ 3rd number ਤੇ ਆ ਪਰ ਮੋਦੀ ਸਾਹਿਬ ਨੇ ਇੱਕਦਮ ਮੀਡੀਆ ਮੂਹਰੇ ਕਿਉਂਕਿ ਇਲੈਕਸ਼ਨਾਂ ਸੀ ਕੁਛ ਨਾ ਕੁਛ ਕਾਹਲੀ 'ਚ ਉਹਨਾਂ ਦਾ ਨੁਕਸਾਨ ਕੀਤਾ ਨਾ ਕੀਤਾ ਉਹ ਅਲੱਗ ਗੱਲ ਆ ਨਾ ਤਾਂ 300 ਬੰਦੇ ਜਿਹੜੇ ਮਰੇ ਕਹੇ ਕਿਸੇ ਦਾ ਇੱਕ ਬੰਦਾ ਮਰਿਆ ਨਹੀਂ ਦਿਖਿਆ ਦਿਖਾਇਆ ਉਦੋਂ ਬਾਅਦ ਤੁਸੀਂ ਲਾ ਲਓ ਵੀ ਕਦੇ ਦੇਖਿਆ ਹਿੰਦੁਸਤਾਨ ਦਾ ਜਹਾਜ਼ ਪਾਕਿਸਤਾਨ ਸਿੱਟ ਲਵੇ ਸਾਡਾ ਪਾਇਲਟ ਅਭਿਨੰਦਨ ਕੀ ਜ਼ੁਰਤ ਪਾਕਿਸਤਾਨ ਦੀ ਦੋ ਇੱਕ ਸੂਬੇ ਜਿੱਡਾ ਸਾਡਾ ਇੱਕ ਸਟੇਟ ਜਿੱਡਾ ਮੁਲਕ ਆ ਅਤੇ ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਪਾਇਲਟ ਨੂੰ ਉਹ ਖਿੱਚੀ ਫਿਰਨ ਜੰਗਲਾਂ 'ਚ ਨਾਲਿਆਂ 'ਚ ਕੁੱਟ ਕੁੱਟ ਕੇ ਦਿਖਾਉਣ TV ਚ ਅਤੇ ਉਦੋਂ ਅੱਗ ਨਹੀਂ ਲੱਗਦੀ ਉਦੋਂ ਕਾਹਦੀ ਸਰਕਾਰ ਰਹਿ ਗਈ ਜਦੋਂ ਸਾਡਾ ਜਹਾਜ਼ ਸਿੱਟ ਲਿਆ ਸਾਡਾ ਪਾਇਲਟ ਉੱਥੇ ਕੁੱਟਿਆ ਗਿਆ 10 ਜਹਾਜ਼ ਹੁਣ ਨੂੰ ਸਿੱਟੇ ਹੋਣੇ ਚਾਹੀਦੇ ਸੀ ਪਾਕਿਸਤਾਨ ਦੇ 10 ਪਾਇਲਟ ਆ ਜਿਹੜੇ ਉਹਨਾਂ ਦੇ ਜੁੱਤੀਆਂ ਪੈਣੀਆਂ ਚਾਹੀਦੀਆਂ ਸੀ ਉਰੇ ਸਾਡਾ ਤਾਂ ਸਿਰ ਨੀਵਾਂ ਕਰਤਾ ਪੰਜਾਬ ਦਾ ਬਾਰਡਰ 'ਤੇ ਤਾਂ ਅਸੀਂ ਬੈਠੇ ਹਾਂ ਇਹ ਤਾਂ ਉੱਥੇ ਭਾਸ਼ਣ ਦੇਈ ਜਾਂਦੇ ਆ ਬੈਠੇ ਦਿੱਲੀ ਜਾਂ ਗੁਜਰਾਤ ਜਾਂ ਹੋਰ ਪੰਜਾਬ 'ਤੇ ਲੜਾਈ ਤਾਂ ਪਾਕਿਸਤਾਨ ਦੇ ਰੋਜ਼ ਫੌਜ ਸਾਡੀ ਸਾਡੇ ਲੋਕ ਬਾਰਡਰ 'ਤੇ ਬੈਠੇ ਆ ਜਿਹੜੇ ਅੱਖ ਮਿਲਾਉਂਦੇ ਆ ਪਾਕਿਸਤਾਨ ਨਾਲ ਅਤੇ ਜਹਾਜ਼ ਵੀ ਗਿਰਿਆ ਅਤੇ ਸਾਡਾ ਪਾਇਲਟ ਵੀ ਕਟਵਾਇਆ ਇਸ ਕਰਕੇ ਹਰ ਫਰੰਟ 'ਤੇ ਫੇਲ ਹੋਏ ਇਹ ਕਾਮਯਾਬ ਕਿੱਥੇ ਨੇ ਮੈਨੂੰ ਇਹ ਤਾਂ ਦੱਸਣ 5 ਸਾਲ ਦੀ ਕਾਰਜਕਾਰੀ ਦੇ ਇਹਨਾਂ ਨੇ ਦੱਸਿਆ ਕਿ ਜਿਹੜੀ ਹੈਗੀ ਆ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਉਹ ਪਲੇਟਫਾਰਮ 'ਤੇ ਫੇਰ ਰਹੀ ਆ ਸੋ ਅਸੀਂ ਇਹਨਾਂ ਤੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਪੰਜਾਬ ਦੇ ਲਈ ਨਰਿੰਦਰ ਮੋਦੀ ਜੀ ਜਿਹੜੀ ਹੈਗੀ ਦੇਣ ਕੀ ਸੀਗੀ ਉਹਦੇ ਬਾਰੇ ਵੀ ਅਸੀਂ ਜਾਣਨਾ ਚਾਹੁੰਦੇ ਦੇਖੋ ਜੀ ਮੈਨੂੰ ਤਾਂ ਇੰਨਾ ਪਤਾ ਵੀ ਮੋਦੀ ਸਾਹਿਬ ਲੁਧਿਆਣੇ ਇਲੈਕਸ਼ਨ 'ਚ ਵੀ ਆਏ ਸੀ ਕੰਪੇਨ ਕਰਨ ਉਦੋਂ ਬਾਅਦ ਇੱਕ ਵਾਰ ਮੋਦੀ ਜੀ ਲੁਧਿਆਣੇ ਆਇਆ ਪ੍ਰਧਾਨ ਮੰਤਰੀ ਬਣ ਕੇ PAU 'ਚ ਜਿੱਥੇ MSME ਵੱਡੀ ਇੰਡਸਟਰੀ ਹੋਵੇ ਅਤੇ ਉੱਥੇ ਆ ਕੇ ਚਰਖੇ ਚਲਾ ਕੇ ਗਏ ਨੇ ਚਰਖੇ ਲੈ ਕੇ ਆਏ ਸੀ ਨਾਲ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਇੰਡਸਟਰੀ ਨੂੰ ਦੇਣ ਕੀ ਚਾਹੀਦਾ ਸੀ ਅਤੇ ਦੇ ਕੇ ਚਰਖੇ ਗਏ ਆ ਅਤੇ ਉਹ ਚਰਖੇ ਵੀ ਲੋਕ ਜਿਹੜੇ ਉਹ ਉੱਥੋਂ ਲੁਧਿਆਣੇ ਦੇ ਲੋਕ ਨੇੜੇ ਨੇ ਉਹ ਜਾ ਕੇ ਦਿੱਲੀ ਉਹਨਾਂ ਨੂੰ ਵਾਪਸ ਕਰਕੇ ਆਏ ਆ PM ਉਸਦੇ ਮੂਹਰੇ ਖੜ ਕੇ ਵੀ ਆਪਣੇ ਆ ਚਰਖੇ ਭਾਈ ਵਾਪਸ ਲੈ ਲਓ ਬਹੁਤ ਬਹੁਤ ਤੁਹਾਡਾ ਧੰਨਵਾਦ। ਅਸੀਂ ਬਿੱਟੂ ਜੀ ਨੇ ਗੱਲ ਕੀਤੀ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ 5 ਸਾਲ ਦੇ ਵਿੱਚ ਕੁਛ ਨਹੀਂ ਕੀਤਾ ਅਸੀਂ ਬਿੱਟੂ ਜੀ ਤੋਂ ਜਾਣਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਸਰਕਾਰ ਨੂੰ 2.5 ਲਗਭਗ 2.25 ਸਾਲ ਹੋ ਗਏ ਆ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਸਾਡੀ ਸਰਕਾਰ ਆਉਣ ਤੇ 4 ਹਫ਼ਤਿਆਂ ਦੇ ਵਿੱਚ ਅਸੀਂ ਜਿਹੜਾ ਹੈਗਾ ਨਸ਼ਾ ਉਹ ਮੁਕਤ ਕਰ ਦੇਵਾਂਗੇ ਪੰਜਾਬ ਨੂੰ ਪਰ ਅੱਜ ਦੇਖਦੇ ਹਾਂ ਲੁਧਿਆਣੇ ਦੇ ਵਿੱਚ ਹੀ ਇਹਨਾਂ ਦੇ ਵਿਰੋਧੀ ਜਿਹੜੇ ਉਮੀਦਵਾਰ ਨੇ ਸਿਮਰਜੀਤ ਸਿੰਘ ਬੈਂਸ ਉਹ ਲਾਈਵ ਹੋ ਕੇ ਲੁਧਿਆਣੇ ਦੇ ਵਿੱਚੋਂ ਜਿਹੜਾ ਹੈਗਾ ਨਸ਼ਾ ਖਰੀਦਦੇ ਆ ਉਹਦੇ ਸੰਬੰਧ ਜਾਣਨਾ ਚਾਹੁੰਦੇ ਅਸੀਂ ਬਿੱਟੂ ਜੀ ਤੋਂ ਕਿ ਜਿਹੜਾ ਨਸ਼ਾ ਇਹਨੂੰ ਕਿੰਨਾ ਹੱਦ ਤੱਕ ਜਿਹੜਾ ਕੰਟਰੋਲ ਕੀਤਾ ਗਿਆ। ਦੇਖੋ ਜਿਹੜਾ ਨਸ਼ਾ ਇੱਕ ਆਮ ਗੱਲ ਚੱਲਦੀ ਸੀ ਆਰੋਪ ਲੱਗਦਾ ਸੀ ਵੀ ਨਸ਼ਾ ਵੇਚਣ ਵਾਲੀ ਸਰਕਾਰ ਆ 10 ਸਾਲ ਜਿਹੜੀ ਰਹੀ ਅੱਜ
ਪਹਿਲੀ ਗੱਲ ਤਾਂ ਇਹ ਦੱਸ ਦਿਓ ਵੀ ਇਹ ਕੈਪਟਨ ਅਮਰਿੰਦਰ ਸਿੰਘ ਤੇ ਜਾਂ ਸਾਡੇ ਕਿਸੇ ਲੀਡਰ ਤੇ ਜਾਂ ਸਰਕਾਰ ਤੇ ਕੋਈ ਰੋਪ ਲੱਗਦਾ ਵੀ ਭਾਈ ਇਹ ਸਰਕਾਰ ਨਸ਼ਾ ਵਿਕਾ ਰਹੀ ਹੈ? ਪਹਿਲੀ ਗੱਲ ਤਾਂ ਇਹ ਇਹ ਵਿਸ਼ਵਾਸ ਤੇ ਇਹ ਜ਼ਮੀਨ ਦੀ ਰਿਐਲਿਟੀ ਆ। ਜੇ ਉਸ ਵੇਲੇ ਉਹ ਇਨਵੋਲਵ ਸੀ, ਅੱਜ ED ਦੇ ਵਿੱਚ ਤਾਂ ਹੀ ਕੇਸ ਚੱਲ ਰਹੇ ਆ ਨਾ, ਤਾਂ ਹੀ ਉਹਨਾਂ ਦੇ ਬੰਦੇ ਨਾਲ ਦੇ ਫੜੇ ਹੋਏ ਆ ਨਾ, ਸਾਡੇ ਕੋਈ ਇਹ ਗੱਲ ਕਹਿ ਦੇਵੇ ਵੀ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਸਰਕਾਰ ਦੇ ਮੰਤਰੀ ਜਾਂ MP ਭਾਈ ਚਿੱਟਾ ਵੇਚਦੇ ਆ? ਪਹਿਲੀ ਗੱਲ ਤਾਂ ਇਹ, ਅੱਜ ਕਿਉਂ ਨਹੀਂ ਉੜਤਾ ਪੰਜਾਬ ਦੇ ਨਾਂ 'ਤੇ ਫਿਲਮ ਬਣਦੀ ਪੰਜਾਬ 'ਤੇ? ਜੇ ਉਸ ਵੇਲੇ ਉੜਤਾ ਪੰਜਾਬ ਦੇ ਨਾਂ ਕਿਉਂ ਬਣਦੀ ਸੀ, ਚਿੱਟੇ ਦਾ ਪੰਜਾਬ ਕਿਉਂ ਕਿਹਾ ਜਾਂਦਾ ਸੀ, ਅੱਜ ਕਿਉਂ ਨਹੀਂ ਕਿਹਾ ਜਾਂਦਾ? ਕਿਉਂਕਿ ਅੱਜ STF ਹੋਵੇ ਚਾਹੇ ਚਾਹੇ ਪੁਲਿਸ ਹੋਵੇ, ਲਗਾਤਾਰ ਇਹ ਏਜੰਸੀਆਂ ਜਿਹੜੀਆਂ, ਜਦੋਂ ਮੈਂ ਇਹ ਨਹੀਂ ਕਹਿੰਦਾ ਹਰਿਆਣਾ ਨਾਲ ਆ, ਹਿਮਾਚਲ ਨਾਲ ਆ, ਰਾਜਸਥਾਨ ਨਾਲ ਆ, ਰੋਜ਼ ਤਸਕਰ ਆ ਜਿਹੜਾ ਉੱਥੋਂ ਨਿਕਲਦੇ ਆ ਅਤੇ ਬਾਰਡਰਾਂ 'ਤੇ ਰੋਕੇ ਜਾਂਦੇ ਆ, ਬਾਰਡਰਾਂ 'ਤੇ ਫੜੇ ਜਾਂਦੇ ਆ, ਇੱਕ ਮੈਂ ਨਹੀਂ ਕਹਿੰਦਾ ਇੱਕ ਦਾ ਨਿਕਲ ਵੀ ਜਾਂਦਾ ਹੋਊ, ਕਿਉਂਕਿ ਕਿਸ ਤਰੀਕੇ ਨਾਲ ਆਪਣੇ ਸਟੇਟਾਂ ਜੁੜੀਆਂ ਹੋਈਆਂ ਜੰਮੂ ਕਸ਼ਮੀਰ ਨਾਲ, ਹਰ ਪਾਸਿਓਂ ਕੋਸ਼ਿਸ਼ ਹੁੰਦੀ ਆ। ਪਰ ਅੱਜ ਆਮ ਜੇ ਆਮ ਲੋਕਾਂ ਦੀ ਭਾਵਨਾ ਹੈ ਤਾਂ ਉਹ ਇਹ ਭਾਵਨਾ ਹੈ ਵੀ ਪੰਜਾਬ ਦੇ ਵਿੱਚ ਅੱਜ ਚਿੱਟੇ 'ਤੇ ਨਕੇਲ ਪਈ ਆ, ਅੱਜ ਚਿੱਟੇ ਨੂੰ ਰੋਕਿਆ ਗਿਆ। ਜਿੱਥੇ ਤੱਕ ਤੁਸੀਂ ਗੱਲ ਬੈਂਸ ਸਾਹਿਬ ਦੀ ਕੀਤੀ ਆ, ਉਹ ਆਪਣੇ ਏਰੀਏ 'ਚ ਜਿੱਥੇ ਦੇ MLA ਨੇ, ਫਿਰ ਉਹਨਾਂ ਦੀ ਜਵਾਬਦੇਹੀ ਵੀ ਉਨੀ ਬਣਦੀ ਆ, ਉਹ ਵੀ MLA ਨੇ, ਆਪਣੇ ਏਰੀਏ ਦੇ ਵਿੱਚ ਹੀ ਉਹਨਾਂ ਦੇ ਚਿੱਟਾ ਵਿਕ ਰਿਹਾ। ਉਹ ਬਾਹਰ ਜਾ ਕੇ ਤਾਂ ਗੱਲਾਂ ਕਰਦੇ ਨੇ, ਅਤੇ ਚਲੋ ਉਹ ਆਪਣੇ ਉਨੀ ਆ ਜਿਹੜੀ ਗਲੀ 'ਚ, ਉਹ ਤਾਂ ਕੋਈ ਮੁੰਡਾ ਗਿਆ ਲੈ ਕੇ ਆ ਗਿਆ, ਪਤਾ ਨਹੀਂ ਕੀ ਆ ਉਹ ਚਿੱਟਾ ਹੈ ਵੀ ਸੀ ਜਾਂ ਕੀ ਸੀ ਉਹਦੇ ਵਿੱਚ, ਰੱਬ ਜਾਣੇ, ਇਹ ਤਾਂ ਲੈਬੋਰਟਰੀ ਟੈਸਟ ਦੱਸੂਗਾ। ਪਰ ਜੇ ਚਿੱਟਾ ਉਹਨਾਂ ਦੀ ਕੌਨਸਟੀਚੁਐਂਸੀ 'ਚ ਵਿਕ ਰਿਹਾ ਤਾਂ ਫਿਰ ਇਹਦਾ ਮਤਲਬ ਉਹਨਾਂ ਨੂੰ ਆਪਣੇ ਹਲਕੇ 'ਚ ਤਾਂ ਕੰਟਰੋਲ ਕਰਨਾ ਚਾਹੀਦਾ, ਉੱਥੇ ਤਾਂ ਰੋਕਣਾ ਚਾਹੀਦਾ, ਉੱਥੇ ਉਹ ਕੈਂਪ ਲਾਉਣ, ਅਵੇਅਰਨੈਸ ਕੈਂਪ ਲਾਉਣ, ਉੱਥੇ ਲੋਕਾਂ ਨੂੰ ਪ੍ਰੇਰਨ ਉਹ ਫੜਨ ਦੀ ਬਜਾਏ ਲੋਕਾਂ 'ਚ ਕੈਂਪ ਲਾਉਣ, ਆਪ ਜਾ ਕੇ ਘਰ ਘਰ ਆਪਣੀ ਡਿਊਟੀ ਨਿਭਾਉਣ, ਬਈ ਭਾਈ ਇਹ ਕੰਮ ਨਾ ਕਰੋ, ਇਹ ਕੰਮ ਮਾੜਾ ਏ, ਇਹੋ ਜਿਹੀ ਗੱਲ ਤਾਂ ਕਰਦੇ ਨਹੀਂ, ਰੂਪ ਲਾ ਕੇ ਸਿੱਟ ਕੇ ਭੱਜ ਜਾਂਦੇ ਆ। ਅਸੀਂ ਅਖੀਰ ਦੇ ਵਿੱਚ ਰਮਨੀਤ ਸਿੰਘ ਬਿੱਟੀ ਨੂੰ ਪੁੱਛਾਂਗੇ, ਜਿਹੜੇ ਆਉਣ ਜਦੋਂ ਇਹ ਚੋਣਾਂ ਲੜ ਰਹੇ ਹਨ ਤਾਂ ਇਹਨਾਂ ਦਾ ਕੀ ਏਮ ਹੋਏਗਾ, ਕੀ ਇਹ ਲੁਧਿਆਣੇ ਹਲਕੇ ਨੂੰ ਕੀ ਨਵੇਂ ਪ੍ਰੋਜੈਕਟ ਲੈ ਕੇ ਆਉਣਗੇ, ਕਿਸ ਆਧਾਰ 'ਤੇ ਇਹ ਚੋਣ ਆ ਜਿਹੜੀ ਲੜ ਰਹੇ ਹਲਕੇ ਦੇ ਵਿੱਚ? ਦੇਖੋ, ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਪਰਮਾਤਮਾ ਕਰੇ ਇਲੈਕਸ਼ਨ ਜਿੱਤੀ ਜਾਵੇ, ਉਦੋਂ ਬਾਅਦ ਸਾਡੀ ਸਰਕਾਰ ਬਣੇ, ਅਤੇ ਫਿਰ ਜਿਹੜੇ ਤੁਸੀਂ ਏਮਸ ਵਾਲੀ ਗੱਲ ਕਹੀ ਆ, ਕਿਉਂਕਿ ਅੱਜ DMC CMC ਬਹੁਤ ਬੁਰੀ ਤਰ੍ਹਾਂ ਭਰੇ ਪਏ ਨੇ, ਉੱਥੇ ਕੰਮ ਨਹੀਂ ਚੱਲ ਸਕਦਾ, ਅਤੇ ਲੁਧਿਆਣਾ ਸਭ ਤੋਂ ਵੱਡਾ ਹੈ। ਮੈਂ ਤਾਂ ਪਿਛਲੀ ਵਾਰ ਵੀ ਤਾਂ ਹੀ ਇਹ ਕਿਹਾ ਸੀ ਵੀ ਸਾਨੂੰ ਕਿਉਂ ਨਾ ਏਮਸ ਕਿਉਂ ਨਾ ਮਿਲੇ, ਹਰ ਹਾਲ ਲੈ ਕੇ ਆਵਾਂਗੇ, ਪਰ ਉਹਨਾਂ ਦੀ ਪ੍ਰਾਇਓਰਟੀ ਹੋਰ ਸੀਗੀ, ਉਹਨਾਂ ਨੇ ਇਸ ਗੱਲ ਬਾਰੇ ਸੋਚਿਆ ਨਹੀਂ, ਉਹਦੀ ਇਸ ਗੱਲ ਦੀ ਸਜ਼ਾ ਉਹਨਾਂ ਨੂੰ ਮਿਲੂਗੀ। ਅਤੇ ਪਰ ਦੂਜੀ ਗੱਲ ਇਹ ਆ, ਮੇਰੀ ਜੋ ਸੋਚ ਆ ਅੱਗੇ ਗ੍ਰੀਨ ਐਨਰਜੀ, ਸਭ ਤੋਂ ਪਹਿਲਾਂ ਤਾਂ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਸਬਸਿਡੀਆਂ ਸਰਕਾਰ ਦੇ ਕੋਲ, ਵੀ ਜਿਹੜੀ ਘਰਾਂ ਦੀ ਬਿਜਲੀ ਆ, ਘੱਟੋ ਘੱਟ ਮੈਂ ਆਉਣ ਵਾਲੇ 5 ਸਾਲ ਦੇ ਵਿੱਚ ਵੱਧ ਨਹੀਂ ਤਾਂ 25% ਘਰਾਂ 'ਚ ਪ੍ਰੇਰਿਤ ਕਰਾਂ, ਲੋਕਾਂ ਨੂੰ ਗੱਲ ਕਰਾਂ ਜਾ ਕੇ ਵੀ ਸਾਰੇ ਸੋਲਰ 'ਤੇ ਆਓ, ਸੋਲਰ ਬਿਜਲੀ ਲਿਆਓ ਗ੍ਰੀਨ। ਅਤੇ ਦੂਜੀ ਉਦੋਂ ਬਾਅਦ ਇਹ ਕੋਸ਼ਿਸ਼ ਮੇਰੀ ਰਹੇਗੀ ਵੀ ਜਿਹੜੀ ਅੱਜ ਸਭ ਤੋਂ ਵੱਡੀ ਸ਼ਹਿਰ ਦੀ ਸਮੱਸਿਆ ਟ੍ਰੈਫਿਕ ਆ, ਵੱਧਦੀ ਜਾ ਰਹੀਆਂ, ਉਹ ਇਲੈਕਟ੍ਰਿਕ, ਜਿਹੜੀਆਂ ਬੱਸਾਂ ਇੱਥੇ ਇਲੈਕਟ੍ਰਿਕ ਕਰਾਂ, ਅਤੇ ਜਿਹੜੇ ਲੋਕਾਂ ਨੂੰ ਪ੍ਰੇਰਿਤ ਕਰਕੇ ਜਿਹੜੀਆਂ ਗੱਡੀਆਂ ਕਾਰਾਂ ਵਹੀਕਲਸ ਨੇ ਉਹ ਡੀਜ਼ਲ ਪੈਟਰੋਲ ਤੋਂ ਇਲੈਕਟ੍ਰਿਕ ਗੱਡੀਆਂ ਚਲਾਈਏ। ਇਹ ਮੇਰਾ ਮਨ ਆ ਵੀ ਅਗਲੇ 5 ਸਾਲ 'ਚ 25% ਜੇ ਇਹ ਕੰਮ ਕਰਾਂ। ਤੀਜਾ ਮੇਰਾ ਸਭ ਤੋਂ ਵੱਡਾ ਜਿਹੜੀ ਮੇਰੀ ਜ਼ੋਰ ਰਹੇਗਾ, ਜਿਹੜਾ ਤੁਸੀਂ ਏਮਸ ਵਾਲੀ ਗੱਲ ਕੀਤੀ ਹੈ, ਉਦੋਂ ਪਹਿਲਾਂ ਪੰਜਾਬ ਤੋਂ ਹੀ, ਇਹ ਪੰਜਾਬ ਤੋਂ ਹੀ ਹੋ ਜਾਏਗਾ, ਵੀ ਅੱਜ ਹਰ ਤੀਜੇ ਬੰਦੇ ਨੂੰ ਘਰ 'ਚ ਸ਼ੂਗਰ ਆ, ਡਾਇਲਸਿਸ ਹੁੰਦੇ ਆ, ਅਤੇ ਡਾਇਲਸਿਸ ਮਸ਼ੀਨਾਂ ਨੇ ਲਾਈਨਾਂ ਲੱਗੀਆਂ ਹੋਈਆਂ ਅਤੇ ਵਾਰੀ ਨਹੀਂ ਆਉਂਦੀ, ਅਤੇ ਇਸ ਕਰਕੇ ਸਭ ਤੋਂ ਮਲਟੀ ਸਪੈਸ਼ਲਿਸਟ ਜਿਹੜਾ ਸਿਰਫ ਇਹਦੇ ਲਈ ਡਾਇਬਟੀਜ਼ ਦੇ ਲਈ ਜਿਹੜਾ ਇੱਕ ਘੱਟੋ ਘੱਟ 500 ਕਰੋੜ ਰੁਪਏ ਦਾ ਜਿਹੜਾ ਲਾਗਤ ਦਾ ਹਸਪਤਾਲ ਜਿਹੜਾ ਉਹ ਲੁਧਿਆਣੇ 'ਚ ਬਣਾਇਆ ਜਾਵੇ ਇਕੱਲਾ ਡਾਇਬਟਿਕ ਪੇਸ਼ੈਂਟਸ ਲਈ, ਕਿਉਂਕਿ ਉਹ ਬਹੁਤ ਵੱਡੇ ਬੜੇ ਔਖੇ ਨੇ। ਇਹ 3-4 ਪਲੈਨਿੰਗਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਕਰਾਂਗੇ। ਲਾਸਟ ਦੇ ਵਿੱਚ ਅਸੀਂ ਇੱਕ ਸਵਾਲ ਪੁੱਛਣਾ ਚਾਹੁੰਦੇ ਕਿ ਸਾਡੇ ਲੁਧਿਆਣੇ ਦੇ ਵਿੱਚ ਜਿਹੜਾ ਬੁੱਢਾ ਨਾਲਾ, ਇਹਦੇ ਲਈ ਸਾਫ਼ ਕਰਨ ਲਈ ਸਰਕਾਰਾਂ ਬੜਾ ਜਦੋਂ ਜਦ ਕਰਦੇ ਜਾ ਰਹੀ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ, ਪਰ ਇਹ ਬੁੱਢਾ ਨਾਲਾ ਜਿਹੜਾ ਹੈਗਾ ਸਰਕਾਰਾਂ ਦੀ ਜਿਹੜੀ ਹੈਗੀ 86 ਭੇਟ ਚੜ੍ਹਦਾ ਜਾ ਰਿਹਾ। ਅਸੀਂ ਰਮਨੀਤ ਬਿੱਟੂ ਤੋਂ ਜਾਣਨਾ ਚਾਹਾਂਗੇ ਕਿ ਇਸ ਬੁੱਢੇ ਨਾਲੇ ਦੇ ਵਿੱਚ ਜਿਹੜੀ ਹੈਗੀ ਸਫਾਈ ਦੇ ਵਿੱਚ ਕਿੱਥੇ ਕਿਹੜੀ ਸਰਕਾਰ ਨੂੰ ਕਿਵੇਂ ਪ੍ਰੋਬਲਮ ਆ ਰਹੀ, ਇਹਦੇ ਬਾਰੇ ਜ਼ਰੂਰ ਜਾਣਾਂਗੇ। ਦੇਖੋ, ਗੱਲ ਤੁਹਾਡੀ ਠੀਕ ਆ ਵੀ ਬੁੱਢਾ ਦਰਿਆ ਤੋਂ ਬੁੱਢਾ ਨਾਲੇ ਨਾਲਾ ਤੁਸੀਂ ਕਿਹਾ ਅਤੇ ਅਸੀਂ ਵੀ ਕਹਿਣ ਲੱਗ ਗਏ, ਪਰ ਇਹ ਇੱਕ ਸਮੱਸਿਆ ਇਕੱਲੀ ਇਹ ਸਟੇਟ ਗੌਰਮੈਂਟ ਤੋਂ ਹੱਲ ਹੋਣ ਵਾਲੀ ਨਹੀਂ ਗੀ ਇਹਦਾ। ਪਰ ਹੁਣ ਟਾਟਾ ਸੰਸ ਨੇ ਇਹ ਜ਼ਿੰਮੇਵਾਰੀ ਲਈ ਆ, 1100 ਕਰੋੜ ਰੁਪਏ ਦਾ ਉਹਨੇ ਪ੍ਰੋਜੈਕਟ ਬਣਾਇਆ, ਉਹ ਬੜੇ ਮਾਹਰ ਨੇ ਇਹਦੇ ਵਿੱਚ। ਚਾਹੀਦਾ ਤਾਂ ਇਹ ਸੀ ਵੀ ਜਦੋਂ ਗੰਗਾ ਸਾਫ਼ ਹੋ ਸਕਦੀ ਹੈ, ਯਮੁਨਾ ਹੋ ਸਕਦੀ ਆ, ਅਤੇ ਸਾਡੀ ਕਿਉਂ ਨਹੀਂ ਇਹ ਇੱਥੇ ਪੈਸੇ ਦਿੱਤੇ ਜੇ, ਉੱਥੇ 1,00,000 ਕਰੋੜ ਦਿੱਤੇ, ਇੱਥੇ 1,000 ਕਰੋੜ ਰੁਪਈਆ ਦੇ ਦਿੰਦੇ। ਬਥੇਰੀਆਂ ਮਿੰਨਤਾਂ ਕੀਤੀਆਂ, ਬਥੇਰਾ ਕੁਛ ਗਏ, ਪਰ ਚਲੋ ਕੋਈ ਗੱਲ ਨਹੀਂ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਰਿਪਹਿਲ ਕਦਮੀ ਨਾਲ
ਟਾਟਾ ਸੰਸ ਵਾਲਿਆਂ ਨੇ ਇਹ ਪ੍ਰੋਜੈਕਟ ਜਿਹੜਾ ਆਪਣੇ ਜ਼ਿੰਮੇ ਲੈ ਲਿਆ ਵੀ 2 ਸਾਲ ਦੇ ਅੰਦਰ ਅੰਦਰ ਬੁੱਢਾ ਜਿਹੜਾ ਨਾਲਾ ਬਣ ਗਿਆ ਉਹ ਦੁਬਾਰਾ ਬੁੱਢਾ ਦਰਿਆ ਬਣਾਉਣਾ ਟਾਟਾ ਸੰਸ ਵਾਲਿਆਂ ਨੇ ਉਹਨਾਂ ਨੇ ਕਿਹਾ ਪੈਸੇ ਵੀ ਅਸੀਂ ਲਾਵਾਂਗੇ ਅਸੀਂ ਆਪਣੇ ਆ ਬਾਅਦ 'ਚ ਹੌਲੀ ਹੌਲੀ ਪੈਸੇ ਰਿਕਵਰ ਉਰੇ ਕਰਦੇ ਰਵਾਂਗੇ ਆਲੇ ਦੁਆਲੇ ਸ਼ੋਪਿੰਗ ਕੰਪਲੈਕਸ ਬਣਾ ਕੇ ਮਾਲ ਬਣਾ ਕੇ ਬੜੀਆਂ ਚੀਜ਼ਾਂ ਉਹਨਾਂ ਨੇ ਬਹੁਤ ਵਧੀਆ ਪਲੈਨਿੰਗ ਕੀਤੀ ਆ ਅਤੇ ਮੈਨੂੰ ਹੁਣ ਇਹ ਕਿਉਂਕਿ ਅਸੀਂ ਇਲੈਕਸ਼ਨ ਤੋਂ ਪਹਿਲਾਂ ਹੀ ਕੁਛ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਆ ਉਹਨਾਂ ਨਾਲੋਂ ਫਾਈਨਲ ਹੋ ਗਿਆ ਟਾਟਾ ਸੰਸ ਵਾਲੇ ਇਹ ਪ੍ਰੋਜੈਕਟ ਆ ਜਿਹੜਾ ਬੁੱਢਾ ਦਰਿਆ ਦਾ ਆਉਣ ਵਾਲੇ ਦਿਨਾਂ 'ਚ ਸਾਂਭ ਰਹੇ ਆ ਉਹਦੇ ਵਿੱਚ ਬਾਬਾ ਜੀ ਦੀ ਬੜੀ ਵੱਡੀ ਸ਼ਮੂਲੀਅਤ ਆ ਭੈਣੀ ਸਾਹਿਬ ਵਾਲਿਆਂ ਦੀ ਉਹ ਚੇਅਰਮੈਨ ਬਣਾਏ ਨੇ ਇਸ ਗੱਲ 'ਚ ਅਤੇ ਸਾਰੀ ਇਹ ਕਮੇਟੀ ਬਣ ਕੇ ਬੁੱਢਾ ਨਾਲੇ ਨੂੰ ਦੁਬਾਰਾ ਬੁੱਢਾ ਦਰਿਆ ਬਣਾਏਗੀ ਸੋ ਇਹ ਸਨ ਸਰਦਾਰ ਰਮਨੀਤ ਸਿੰਘ ਬਿੱਟੂ ਲੁਧਿਆਣੇ ਲੋਕ ਸਭਾ ਹਲਕੇ ਤੋਂ ਜਿਹੜੇ ਚੋਣ ਲੜ ਰਹੇ ਨੇ ਸੋ ਇਹਨਾਂ ਨੇ ਵਾਅਦਾ ਕੀਤਾ ਕਿ ਇਸ ਵਾਰ ਜੇਕਰ ਸਾਡੀ ਸੈਂਟਰ ਦੇ ਵਿੱਚ ਸਰਕਾਰ ਆਉਂਦੀ ਆ ਤਾਂ ਅਸੀਂ ਲੁਧਿਆਣੇ ਦੇ ਵਿੱਚ ਉਦਯੋਗਿਕ ਸ਼ਹਿਰ ਦੇ ਵਿੱਚ ਅਸੀਂ ਵੱਡਾ ਏਮਜ਼ ਵਰਗਾ ਕੋਈ ਹਸਪਤਾਲ ਲੈ ਕੇ ਆਵਾਂਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਜਿਹੜੇ ਰਮਨੀਤ ਸਿੰਘ ਬਿੱਟੂ ਜੀ ਨੇ ਜੋ ਵਾਅਦੇ ਕਰਕੇ ਗਏ ਨੇ ਹੁਣ ਆਪਣੇ ਅਜੀਤ ਟੀਵੀ ਵੈੱਬ ਨਾਲ ਤਾਂ ਆਉਣ ਵਾਲੇ ਸਮੇਂ 'ਚ ਦੇਖਦੇ ਇਹਨਾਂ ਨੂੰ ਕਿੰਨਾ ਪੂਰਾ ਕਰਨਗੇ ਮੈਂ ਲੁਧਿਆਣੇ ਤੋਂ ਬਰਜਿੰਦਰ ਸਿੰਘ ਬਰਾੜ ਵੈੱਬ ਟੀਵੀ ਨਾਲ ਬਣੇ ਰਹੋ ਥੈਂਕ ਯੂ